ਦੀ ਜੁਰਾਂ ਤੇ ਲੱਤਾਂ ਫੰਦੇ ਸਾਨਾਂ ਦੀਆਂ ਇਹ ਵੀ ਕੰਜਰ ਹੀ ਜਨਾਬ ਤਬੀਅਤ ਠੀਕ ਹੈ ਇੱਕ ਕਮਰਾ ਦੇ ਦਿਓ ਇੱਕ ਮੰਜੀ ਦੇ ਦਿਓ ਇੱਕ ਮਿਸਤਰਾ ਦੇ ਦਿਓ ਇੱਕ ਕੁੜੀ ਦੇ ਦਿਓ ਬਾਹਰੋਂ ਕੁੰਡੀ ਲਾ ਦਿਓ ਭਾਈ ਜੀ ਮੈਨੂੰ ਨਾ ਨੀ ਕਰਨੀ ਤੁਹਾਡੀ ਬੜੀ ਮਿਹਰਬਾਨੀ ਮੈਨੂੰ ਇੱਕ ਕੁੜੀ ਦਿਓਗੇ ਉੱਤੇ ਤੁਹਾਨੂੰ 70 ਮਿਲਣਗੀਆਂ ਯਕੀਨ ਕਰੋ ਯਾਰ ਕੈਸੀ ਬਾਤੇਂ ਕਰ ਰਹੇ ਹੋ ਇਹ ਹੋਟਲ ਹੈ ਹਾਂਜੀ ਹੋਟਲ ਮੈਂ ਮੁਝੇ ਇੱਕ ਕਮਰਾ ਚਾਹੀਏ ਜਨਾਬ ਅੱਛਾ ਜੀ ਕਮਰਾ ਜ਼ਰਾ ਅੱਛਾ ਹੋਣਾ ਚਾਹੀਦਾ ਤੇ ਇਹ ਘਰੋਂ ਨਸ ਕੇ ਆਈ ਭੈਣ ਤੇਰੀ ਕੌਣ ਹੈ ਘਰੋਂ ਨਸ ਕੇ ਆਈ ਵਿਆਹ ਕਰਾਉਣਾ ਮੂਠ ਤੂੰ ਕਿਧਰ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਆਪਨੇ ਮੁਝੇ ਸਿਆਤਾ ਆਖਰੀ ਚਿੱਟਾ ਹੀ ਤੇ ਮੀਆਂ ਸਾਹਿਬ ਦੀ ਹਕੂਮਤ ਗਈ ਤੇ ਇਹੋ ਜਿਹਾ ਵੀ ਨੀ ਲੱਭਣਾ ਫਿਰ ਯਾਦ ਰੱਖੇ ਇਹ ਮੈਂ ਤੈਨੂੰ ਸੱਚ ਉਹ ਏਡਾ ਵੱਡਾ ਡੇਢ ਤੇਰਾ ਮਿੱਟੀ ਖਾਣਾ ਪਹਿਲੀ ਦਫਾ ਆਇਆ ਹੂੰ ਇਸ ਹੋਟਲ ਮੈਂ ਮੁਝੇ ਇੱਕ ਨਾਈਟ ਯਹਾਂ ਪੇ ਮਨਾਨੀ ਹੈ ਕਮਰਾ ਮੈਨੇ ਲਿਆ ਹੈ ਯਹਾਂ ਪੇ ਹਾਂ ਨਾਈਟ ਮਨਾਨੀ ਤੋ ਆਪ ਕਿਆ ਚਾਹਤੀ ਹੈ ਮੈਂ ਕੋਈ ਵੈਸੇ ਤੂੰ ਵੀ ਮੈਨੂੰ ਸੋਹਣਾ ਹੀ ਲੱਗ ਰਿਹਾ ਤੇ ਵਿੱਚੋਂ ਸ਼ਾਦੀ ਕਰੋ ਫਿਰ ਮਤਲਬ ਪੈਸੇ ਦੀ ਤਾਂ ਟੈਨਸ਼ਨ ਨਹੀਂ ਕੋਈ ਨਹੀਂ ਅੱਛਾ ਜਿਹੜੇ ਹੈ ਸੰਡੇ ਕੇ ਪੈਣ ਹਾਂ ਜਿਹੜੇ ਐਸਾ ਇਸ ਸੈਟ ਹੋ ਕੇ ਗੱਲ ਕਰ ਜਰਾ ਬੈਂਕਾਂ ਦੇ ਵਿੱਚ ਮੇਰੇ ਪੈਸੇ ਦੀ ਹਲੇ ਗਿਣਤੀ ਹੋ ਰਹੀ ਏ ਅੱਛਾ ਜੀ ਹਾਂਜੀ ਠੀਪੇ ਜਮਾ ਕਰਾ ਬੈਠਾ ਮੈਂ ਕਿਹਾ ਉਹਨਾਂ ਦੀ ਥੁੱਕ ਬਚੇਗੀ ਉਂਝ ਹੀ ਗਿਣੀ ਜਾਣਗੇ ਇੰਜ ਕਰਕੇ ਸਮਝਿਆ ਕਰ ਉਹ ਕਿਹੜੇ ਜੁੜਦੇ ਨੇ ਆਪਸ ਵਿੱਚ ਗੱਲ ਕਰ ਅੱਛਾ ਤੁਸੀਂ ਅਮੀਰ ਹੋ ਜੀ ਜੀ ਮੈਨੂੰ ਇੱਕ ਬੰਗਲਾ ਲੈ ਦੇ ਉਹ ਤੇ ਆਇਆ ਸੀ ਬੱਚਿਆਂ ਨੇ ਦਰਵਾਜ਼ਾ ਖੋਲਿਆ ਬਗੈਰ ਟੁੱਟ ਗਿਆ ਜੀ ਐਡੀ ਚਿੱਟੀ ਕੱਲੀ ਸੀ ਇੰਜ ਕਰਦਾ ਅਤੇ ਤੁਹਾਨੂੰ ਕੋਈ ਪਤਾ ਵੀ ਹੈ ਸ਼ਾਦੀ ਦਾ ਜਾਂ ਨਹੀਂ ਪਤਾ ਨਾ ਸ਼ਾਦੀ ਇੰਜ ਹੀ ਸਮਝ ਲਓ ਜਿਵੇਂ ਬੰਦਾ ਇਕੱਠੀ ਕਣਕ ਨਹੀਂ ਸਟਾ ਲੈਂਦਾ ਖੁਸ਼ ਨਸੀਬ ਪੀਂਦੇ ਨੇ ਮੇਰੇ ਪਿਓ ਪਤਾ ਨੀ ਬੰਗ ਪੀਤੀ ਸੀ ਰਿਜ਼ਲਟ ਅੱਛਾ ਨਹੀਂ ਆਇਆ ਮੈਡਮ ਅੱਛਾ ਜੀ ਜੀ ਅੱਛਾ ਇਹ ਦੱਸੋ ਵੀ ਅਗਰ ਮੈਂ ਤੁਹਾਡੇ ਨਾਲ ਸ਼ਾਦੀ ਕਰ ਲਾਂ ਤੇ ਆਪਣਾ ਕੀ ਖਰਚਾ ਪਾਣੀ ਕੀ ਤੂੰ ਇੰਜ ਕਰ 2 ਕਰੋੜ ਰੁਪਿਆ ਦੇ ਦੇ 2 ਕਰੋੜ ਮੂੰਹ ਖਾਈ ਹਾਂਜੀ ਮੂੰਹ ਖਾਈ 2 ਕਰੋੜ ਤੂੰ ਮੈਨੂੰ 50 ਰੁਪਏ ਦੇ ਨਾਲ ਮੇਰਾ ਗੋਡੇ ਵੀ ਵੇਖ ਲੈ ਲੈ ਭਰਾ ਮੈਂ ਤੈਨੂੰ ਬਤਾਵਾਂ ਐਡਾ ਮਹਿੰਗਾ ਮੂੰਹ ਮੈਂ ਕਿੱਥੋਂ ਆਉਣਾ ਤੈਨੂੰ ਹੈ ਤੇ ਮੂੰਹ ਹੀ ਵੇਖੀਦਾ ਮੂੰਹ ਹੀ ਐਡਾ ਮਹਿੰਗਾ ਨਹੀਂ ਮੈਂ ਵੇਖ ਸਕਦਾ ਲੈ ਦੇ ਗੱਡੀ ਗੱਡੀ ਕਿਹੜੀ ਧਣੀਆਂ ਦੀ ਕਿਥੋਂ ਹੁੰਦੀ ਕਿਹੜੀ ਚਾਹੀਦੀ ਹੁਕਮ ਕਰ ਕੰਮ ਕਰਨਾ ਕਿਹੜੀ ਪ੍ਰਾਡੋ ਪ੍ਰਾਡੋ ਲੈ ਦੇ ਪ੍ਰਾਡੋ ਹਾਂ ਪ੍ਰਾਡੋ 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 ਪੁੱਛੋ ਹਾਂ ਤੂੰ ਕਦੀ ਲਈ ਹੈ ਤੂੰ ਕਦੀ ਲਈ ਪ੍ਰਾਡੋ ਕਹਿ ਤੈਨੂੰ ਕਿਸੇ ਨੇ ਵੀ ਤੂੰ ਉਹਦੇ ਨਾਲ ਨਹੀਂ ਬੋਲਣਾ ਪ੍ਰਾਡੋ ਲਈ ਕਦੀ ਮੈਂ ਲਈ ਨਹੀਂ ਇੱਕ ਦੋ ਵਾਰੀ ਥੱਲੇ ਆਇਆ ਜੀ ਬਸ ਜੀ ਮੈਨੂੰ ਕੋਈ ਯਾਦ ਨਹੀਂ ਹੈ ਯਕੀਨ ਕਰੋ ਅੱਛਾ ਤੂੰ ਇੰਜ ਕਰ ਮੈਨੂੰ ਸੋਨਾ ਪਾ ਦੇ ਸੋਨਾ ਸੋਨੇ ਸੇ ਮਿਲਤਾ ਹੈ ਜੀ ਹਲੋ ਸੋਨਾ ਸੋਨੇ ਦਾ ਭਾਅ ਮਿਲਦਾ ਹੈ ਮੇਰੇ ਕਹਿਣ ਦਾ ਮਤਲਬ ਅੱਛਾ ਤੇ ਤਾਂ ਕੁੜੀ ਸੋਹਣੀ ਹੈ ਤੂੰ ਇਹਨੂੰ ਡਾਇਮੰਡ ਦਾ ਸੈੱਟ ਪਾ ਕੇ ਦੇ ਕਿੰਨਾ ਜੀ 500 ਤੋਲੇ ਪਾ ਦੇ ਸਾਲੇ ਕੁੜੀ ਦਾ ਤਾਂ ਮੈਨੂੰ ਨਹੀਂ ਪਤਾ ਹਾਂ ਇਹ ਹੈ ਵੀ ਇੱਥੇ ਤੀਕਰ ਆਏਗਾ ਯਕੀਨ ਕਰੋ ਓ ਗਰੀਬ ਆਦਮੀ ਓ ਤੂੰ ਮੈਨੂੰ ਫੜਵਾ ਦੇ ਯਕੀਨ ਕਰ ਓਏ ਐਡਾ ਹੀ ਸੈੱਟ ਹੁੰਦਾ ਹੋਰ ਕੀ ਸੈੱਟ ਹੁੰਦਾ ਯਾਰ ਅੱਛਾ ਦਾੜੀ ਵੀ ਰੱਖੀ ਸਮਝ ਸਾਰੀ ਸੋ ਵਾਰੇ ਵਾ ਜੀ ਫਰਮਾਏ ਡਾਇਮੰਡ ਦਾ ਸੈੱਟ ਬੜਾ ਮਹਿੰਗਾ ਹੈ ਤੂੰ ਐਂ ਕਰ ਇਹਨੂੰ ਡਾਇਮੰਡ ਦਾ ਗੱਦਾ ਲੈ ਦੇ ਡਾਇਮੰਡ ਦਾ ਗੱਦਾ ਲੈ ਦੇ ਜਾ ਪਹਿਲੇ ਗੱਦਾ ਲੈ ਦੇ ਹੋਰ ਕੋਈ ਖਾਹਿਸ਼ ਖਾਹਿਸ਼ ਦੱਸੋ ਆਪਣੀ ਛੱਤਰ ਖਾਹਿਸ਼ਾਂ ਤੇ ਮੇਰੀਆਂ ਬਹੁਤ ਨੇ ਹੁਕਮ ਕਰੋ ਤੁਸੀਂ ਤੁਹਾਨੂੰ ਪਤਾ ਨਹੀਂ ਤੁਹਾਡੇ ਸਾਹਮਣੇ ਕੌਣ ਆ ਗਿਆ ਕੌਣ ਆ ਗਿਆ ਮੁਸੱਲੀ ਆ ਗਿਆ
ਤੁਸੀਂ ਮਸੱਲੀ ਹੋ? ਉਹ ਹੋਰ ਯਾਰ, ਮੈਂ ਤਾਂ ਵੱਟੂ ਆ ਯਾਰ। ਕਿੱਡਾ ਸੋਹਣਾ ਲੱਗਣਾ ਵੇ। ਤੇਰਾ ਮੇਰਾ ਵਿਆਹ ਹੋ ਜਾ ਤੇ ਬੱਚੇ ਭਲਾ ਕਿੰਨੇ ਹੋਣਗੇ? ਕਿੰਨੇ ਹੋਣਗੇ? 100 ਤੇ ਹੋਣੇ ਚਾਹੀਦੇ ਨੇ। ਬਸ ਫਿਰ ਸੋਣੀਏ, ਇਹ ਮੈਂ ਇਕੱਲਾ ਨਹੀਂ ਫਿਰ। ਇਹ ਵੀ ਆਈ ਇਸ ਟਾਈਮ, ਆਪ ਇੱਥੇ ਬੈਠਾ ਹੀ ਤੇ ਇਹ ਵੀ ਆਈ ਏ। ਇਸ ਟਾਈਮ ਘਰ ਬਹਿਣਾ ਸੀ, ਤੂੰ ਕਮਰਾ ਤੈਨੂੰ ਲੈ ਦੇ ਇੱਕ। ਆ ਜਾਓ। ਮੇਰੀ ਸ਼ਰਤ ਏ। ਹਾਂ। ਤੂੰ ਮੈਨੂੰ ਕਮਰਾ ਲੈ ਕੇ ਦੇ, ਪੈਸੇ ਤੂੰ ਦੇਗਾ। ਪੈਸੇ ਮੈਂ ਦੇਵਾਂਗਾ, ਲਓ। ਆਏ ਪਲੀਜ਼। ਜੀ ਲਿਖੋ ਜੀ ਮੇਰਾ ਨਾਮ। ਆ ਲੈ ਲਓ। ਬੱਚੇ ਨੂੰ ਇੱਕ ਕਮਰਾ ਦੇ ਦਿਓ। ਦੇ ਦਿੰਦੇ ਆ, ਤੁਹਾਡੀ ਗਾਰੰਟੀ ਤੇ ਮਿਲੇਗਾ? ਜੀ ਜੀ, ਮੇਰੀ ਗਾਰੰਟੀ ਦੇ ਦਿਓ। ਆਪਕਾ ਨਾਮ? ਚੌਧਰੀ ਲੋਂਡ। ਚੌਧਰੀ ਲਿਖੋ, ਚੌਧਰੀ। ਚੌਧਰੀ ਚੇ ਚੌਧਰੀ ਵਾਲੀ ਪਾ, ਚੇ ਚੂੜੇ ਵਾਲੀ ਪਾਈ ਜਾਂਦਾ। ਚੌਧਰੀ ਚੌਧਰੀ ਲੈ। ਚੌਧਰੀ ਚੇਲਫ ਚਾ, ਚੇਲਫ ਚਾ, ਥੋੜਾ ਜਿਹਾ ਹੋਰ ਚਾ, ਥੋੜਾ ਜਿਹਾ ਹੋਰ। ਆ ਚੇ ਨੂੰ ਥੋੜਾ ਜਿਹਾ ਹੋਰ ਚਾ ਪਾ ਗਿਆ ਲੋ ਯਾਰ। ਚੇਲਫ ਚਾ ਤਰੇਏ ਤਰੀ, ਤਰੇਏ ਤਰੀ। ਇਹ ਨਿੱਕੀ ਦੀਆਂ ਲੱਤਾਂ ਥੱਲੇ ਕਰਦੇ ਚੌਧਰੀ ਹੋਏ। ਚੌਧਰੀ ਠੀਕ ਹੈ। ਅਗਲੇ ਲਿਖ ਲੋਂਡ, 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 ਲੋਂਡ। ਲਾਮਲ ਫਲਾ, ਲਾਮਲ ਫਲਾ। ਨੂਨ ਗੁੰਨਾ, ਨੂਨ ਗੁੰਨਾ। ਲੋਂਡ, ਲੋਂਡ। ਬਲ ਲੋਂਡ ਪਾਲੇ ਕਹਿ, ਤੇਰੇ ਮੂੰਹ ਚ ਵੀ ਆਉਂਦਾ ਕਿ ਨਹੀਂ ਆਉਂਦਾ? ਕਹਿ ਬਲ ਲੋਂਡ। ਜ਼ੁਬਾਨ ਨੂੰ ਤਾਲੂ ਨਾ ਲਾ ਤੇ ਥੱਲੇ ਹਵਾ ਛੱਡ, ਲੋਂਡ ਹੋ ਜਾਏਗਾ ਯਾਰ। ਲਿਖ ਲੋਂਡ, ਚੌਧਰੀ ਲੋਂਡ। ਨਹੀਂ ਲਿਖਣਾ ਆਉਂਦਾ ਯਾਰ ਮੈਨੂੰ। ਬਣਾ ਦੇ ਓ ਭਾਈ, ਕਿੰਜ ਬਣਾਵਾਂ ਯਾਰ? ਇੱਥੇ ਇੱਕ ਬਾਬਾ ਜਿਹਾ ਬਣਾ ਕੇ ਉਹਦੇ ਸਿਰ ਤੇ ਪੱਗ ਪਾ ਕੇ ਉਹਦੇ ਹੱਥ ਤੇ ਠੁੱਕਾ ਫੜਾ ਦੇ, ਲੋਂਡ ਹੋ ਜਾ। ਪਾਗਲ ਹੋਇਆ ਯਾਰ, ਪਤਾ ਹੈ ਨਹੀਂ ਤੈਨੂੰ ਇਹ ਕੀ ਗੱਲ ਹੋਈ? ਇੱਕ ਚਾਬੀ ਇਹਨੂੰ ਦੇ ਦਿਓ ਕਮਰੇ ਦੀ। ਹੈਲੋ ਜੀ, 9 ਨੰਬਰ ਕਮਰਾ ਜੀ। ਚਲੋ ਤੁਸੀਂ ਅੰਦਰ ਜਾ ਕੇ ਸਫਾਈ ਕਰੋ, ਮੈਂ ਆਉਂਦਾ ਪਿਆ। ਬਗੈਰ ਤੋਂ ਟੇਬਲ ਵੀ ਛੋਟੀ ਲਈ ਹੈ ਤੈਨੂੰ। 7000 ਪਰ ਡੇ ਰੂਮ, ਦੋ ਕਮਰਿਆਂ ਦਾ 14000 ਬਣ ਗਿਆ। 14000 14 ਦਾ ਟੁੱਟਾ 200 ਰੁਪਇਆ ਹੋਏਗਾ। ਹਾਂਜੀ 200 ਰੁਪਇਆ ਹਾਂਜੀ ਹੈ ਜਿਹੜਾ ਮੈਨੂੰ। ਹੈਲੋ, ਰਕਸ਼ੇ ਸਮਾਨ ਪਿਆ ਉਹ ਤਾਂ ਦੇਣਾ ਮੈਂ। ਓ ਭਾਈ, ਓ ਹੈਲੋ,